ਸਾਨਾ ਸਿੱਧੂ ਨੂੰ ਲੁਧਿਆਣਾ ਪੇਸ਼ੇ ਦੇ ਲਈ ਲਿਜਾਇਆ ਗਿਆ। ਸਤਿ ਸ਼੍ਰੀ ਅਕਾਲ, ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਵੀਡੀਓ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਕਿ ਪਾਨਾ ਸਿੱਧੂ ਨੂੰ ਲੁਧਿਆਣਾ ਵਿੱਚ ਪੇਸ਼ੀ ਦੇ ਲਈ ਲਿਜਾਇਆ ਜਾ ਰਿਹਾ ਤੇ ਜਦੋਂ ਪੱਤਰਕਾਰਾਂ ਨੇ ਉਹਨਾਂ ਤੋਂ ਕੁਝ ਸਵਾਲ ਪੁੱਛੇ ਤਾਂ ਉਹਨਾਂ ਨੇ ਬਸ ਇਹੀ ਜਵਾਬ ਦਿੱਤਾ। ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਜੇਲ੍ਹ ਲੈ ਕੇ ਜਾਇਆ ਜਾ ਰਿਹਾ ਤਾਂ ਉਹਨਾਂ ਨੇ ਸਿਰਫ ਜਵਾਬ ਦੇ ਵਿੱਚ ਇਹੀ ਕਿਹਾ ਕਿ ਉਹਨਾਂ ਨੂੰ ਦਬਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਦੱਬਣਗੇ ਨਹੀਂ ਤੇ ਲੋਕਾਂ ਦਾ ਸਾਥ ਦਿੰਦੇ ਰਹਿਣਗੇ, ਲੋਕਾਂ ਦੀ ਭਲਾਈ ਦੇ ਲਈ ਕੰਮ ਕਰਦੇ ਰਹਿਣਗੇ। ਉਸ ਦੇ ਨਾਲ ਹੀ ਲੱਖਾ ਜਨਾਨਾ ਨੇ ਉਹਨਾਂ ਦੇ ਪੱਖ ਵਿੱਚ ਇਹ ਗੱਲ ਕਹੀ ਅਤੇ ਕਿਹਾ ਕਿ ਪਾਨਾ ਸਿੱਧੂ ਨੂੰ ਬੁਖਾਰ ਹੁੰਦੇ ਹੋਏ ਵੀ ਉਸਦੇ ਨਾਲ ਜੇਲ੍ਹ ਦੇ ਵਿੱਚ ਬਹੁਤ ਹੀ ਜ਼ਿਆਦਾ ਬਦਸਲੂਕੀ ਕੀਤੀ ਗਈ। ਪੁਲਿਸ ਵੱਲੋਂ ਉਸਦੇ ਕੱਪੜੇ ਲਾ ਕੇ ਉਸਦੇ ਉੱਤੇ ਬਰਫ਼ ਵਾਲਾ ਪਾਣੀ ਸਿੱਟਿਆ ਗਿਆ ਤੇ ਉਸਦੇ ਨਾਲ ਹੀ ਉਸਨੂੰ ਰਾਤ ਦੀ ਠੰਡ ਵਿੱਚ ਬਾਹਰ ਰੱਖਿਆ ਗਿਆ। ਭਗਵੰਤ ਸਿੰਘ, ਰੱਬ ਦਾ ਖੌਫ ਖਾ, ਖੌਫ ਰੱਬ ਦਾ, ਪਰ ਜੋ ਤੂੰ ਕੀਤਾ ਪਰਚਾ ਝੂਠਾ ਕਰਾ ਕੇ ਅੰਦਰ ਸਟਾਤਾ ਨੂੰ, ਉਹਨੂੰ ਇੰਨਾ ਬੁਖਾਰ ਹੋਇਆ, ਉਹਦੇ ਬੁਖਾਰ ਹੋਣ ਦੇ ਬਾਵਜੂਦ ਵੀ ਉਹਦੇ ਉੱਤੇ ਠੰਡਾ ਪਾਣੀ ਪਾ ਕੇ ਉਹਦੀ ਕੁੱਟਮਾਰ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਦੇ ਦਿਮਾਗ ਨੂੰ ਨਸ਼ਾ ਚੜ ਚੁੱਕਿਆ, ਤਾਕਤ ਦਾ, ਕੁਰਸੀ ਦਾ, ਪਾਵਰ ਦਾ, ਉਹ ਚਾਹੁੰਦਾ ਸੀ ਕਿ ਵੀਡੀਓ ਕਾਲ ਕਰਕੇ ਕਹਿੰਦਾ ਸੀ ਪੁਲਿਸ ਨੂੰ ਕਿ ਮੈਨੂੰ ਭਾਨਾ ਦਿਖਾਓ ਤੁਸੀਂ ਇਹਦੇ ਨਾਲ ਕੀ ਕਰ ਰਹੇ ਹਾਂ। ਨਿੱਜੀ ਦੁਸ਼ਮਣੀ ਆ ਭਾਨ ਸਿੰਘ ਤੇਰੀ ਭਾਨੇ ਦੇ ਨਾਲ ਕਿ ਭਾਈ ਇਹਦੀ ਵੀਡੀਓ ਕਾਲ ਤੇ ਮੈਨੂੰ ਦਿਖਾ ਭਾਨਾ ਨੰਗਾ ਕੀਤਾ ਕਿ ਨਹੀਂ ਕੀਤਾ, ਭਾਨਾ ਕੁੱਟ ਰਹੇ ਹੋ ਕਿ ਨਹੀਂ ਕੁੱਟ ਰਹੇ ਹੋ। ਅੱਜ ਹੀ ਮੇਰੇ ਸਾਥੀ ਭਾਨੇ ਨੂੰ ਮਿਲ ਕੇ ਆਇਆ, ਜੇਲ੍ਹ ਭੇਜਿਆ, ਉਹਨਾਂ ਨੇ ਸਾਰੀ ਗੱਲ ਭਾਨੇ ਨੇ ਆਪਣੇ ਸਾਥੀਆਂ ਨੂੰ, ਮੇਰੇ ਨੂੰ ਨਾਲ ਦੇ ਨੂੰ ਦੱਸੀ ਹੈ। ਬੰਨ ਕੇ ਵਿਹੜੇ ਸੀ ਸਟਾਫ ਦੇ ਉੱਤੇ, ਠੰਡਾ ਪਾਣੀ ਪਾਉਂਦੇ ਰਹੇ ਬਰਫ਼ ਵਾਲਾ ਤੇ ਨੰਗਾ ਕਰਕੇ ਮੇਰੀ ਵੀਡੀਓ ਬਣਾ ਕੇ, ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀਗੇ ਕਿ ਇਹਦੀ ਵੀਡੀਓ ਬਣਾ ਕੇ ਨੰਗਾ ਕਰਕੇ ਇਹਦੀ ਕੁੱਟਦੇ ਦੀ, ਇਹਦੇ ਪਾਣੀ ਪਾਉਂਦੇ ਦੀ ਮੈਨੂੰ ਭੇਜੋ। ਇਹ ਜਿਹੜਾ ਤੂੰ ਕਰ ਰਿਹਾ ਸਾਡੇ ਇੱਕ ਨੌਜਵਾਨ ਭਰਾ ਨੂੰ, ਸਾਥੀ ਨੂੰ, ਸਾਡੇ ਨੂੰ ਨੰਗਾ ਕਰਕੇ ਉਹਦੀਆਂ ਵੀਡੀਓ ਕਾਲ ਦੇ ਉੱਤੇ ਦੇਖਦਾ, ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਕਿ ਇਹਦੀ ਵੀਡੀਓ ਬਣਾ ਕੇ ਭੇਜੋ, ਇਹਦੀ ਨੰਗੇ ਦੀ, ਇਹਦੀ ਕੁੱਟਮਾਰ ਕਰਦਿਆਂ ਦੀ, ਇਹਨੂੰ ਜਲੀਲ ਕਰਦਿਆਂ ਦੀ। ਤੁਹਾਨੂੰ ਅਪੀਲ ਆ ਬਾਈ, ਵਾਰ ਵਾਰ ਮੈਂ ਬੇਨਤੀਆਂ ਅਪੀਲਾਂ ਕਰਦਾ, ਇਹਦੇ ਬਹੁਤ ਬੰਦੇ ਖਪਾਤੇ ਇਹਨਾਂ ਨੇ, ਜੇਲ੍ਹਾਂ ਚ ਮਰਵਾ ਕੇ ਸਭ ਦੀ ਆਵਾਜ਼ ਬੰਦ ਕਰਨ ਤੇ ਲੱਗੇ ਹੋਏ ਆ, ਇਹਦੇ ਰਹਿ ਕਿੰਨੇ ਗਿਣਤੀ ਦੇ ਰਹਿ ਗਏ ਬਾਈ, ਯਾਦ ਰੱਖਿਓ। ਜਦੋਂ ਉਹਨੂੰ ਫੜ ਕੇ ਗ੍ਰਿਫਤਾਰ ਕਰਕੇ ਧਨੌਲੇ ਥਾਣੇ ਤੋਂ ਬਾਅਦ ਲੁਧਿਆਣੇ ਪੁਲਿਸ ਨੂੰ ਦੇ ਦਿੱਤਾ ਗਿਆ ਸੀ, ਜਿਹੜੀ ਏਜੰਟ ਹੈ ਕਿ ਉਹ ਤੋਂ ਭਾਂਦੇ ਨੇ 10,000 ਰੁਪਇਆ ਪੈਸੇ ਦੀ ਮੰਗ ਕੀਤੀ ਹੈ। ਲੋਕਾਂ ਦੇ ਠੱਗੇ ਹੋਏ ਪੈਸੇ ਏਜੰਟਾਂ ਦੁਆਰਾ ਉਸ ਇਨਸਾਨ ਨੇ, ਉਸ ਨੌਜਵਾਨ ਨੇ ਉਹਨਾਂ ਲੋਕਾਂ ਨੂੰ ਵਾਪਸ ਦਵਾਏ ਆ। ਜਿਹੜਾ ਕੰਮ ਪ੍ਰਸ਼ਾਸਨ ਦਾ ਉਹ ਕੰਮ ਇੱਕ ਉਹ ਨੌਜਵਾਨ ਕਰ ਰਿਹਾ ਸੀ। ਜੋ ਇਹ ਸਰਕਾਰ ਹੈ, ਜੋ ਇਹਦੀਆਂ ਗਲਤ ਨੀਤੀਆਂ ਨੇ, ਜੋ ਮਾਰੂ ਨੀਤੀਆਂ ਨੇ, ਕਿਵੇਂ ਸਾਡੀਆਂ ਨੌਜਵਾਨ ਕੁੜੀਆਂ ਥਾਣਿਆਂ 'ਚ ਨੰਗੀਆਂ ਕਰਕੇ ਉੱਤੇ ਭਰਾਵਾਂ ਨੂੰ, ਪਿਓ ਨੂੰ ਪਾਇਆ ਜਾਂਦਾ ਰਿਹਾ, ਕਿਵੇਂ ਸਾਡੇ ਨੌਜਵਾਨ ਨੰਗੇ ਕਰਕੇ ਤੁਸੀਂ ਇਹ ਦੇ ਕੇ ਚੱਡੇ ਪਾੜ ਕੇ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਰਹੀਆਂ। ਭਾਨੇ ਸਿੱਧੂ ਨੂੰ ਰਾਤ ਨੂੰ ਨੰਗਾ ਕਰਕੇ, ਆ ਇੰਨੀ ਠੰਡ ਹੈ, ਕਿੰਨਾ ਤੁਸੀਂ ਦੇਖ ਲਓ ਕਿੰਨੇ ਕਿੱਥੇ ਫਿਰਦਾ ਤਾਪਮਾਨ, ਬੰਦੇ ਦੇ ਕਿੰਨੇ ਲੀੜੇ ਪਾਏ ਹੁੰਦੇ, ਰਾਤ ਨੂੰ ਬੰਦਾ ਰਜਾਈ 'ਚ ਪਿਆ ਵੀ ਠਰਦਾ, ਉਹਨੂੰ ਅਲਫ ਨੰਗਾ ਕਰਕੇ ਸੀਏ ਸਟਾਫ ਲੁਧਿਆਣਾ ਦੇ ਵਿੱਚ ਬਾਹਰ ਨੰਗਾ ਰੱਖਿਆ ਗਿਆ। ਮੈਂ ਕਹਿੰਦਾ ਬੰਦੇ ਦੀ ਰੂਹ ਕੰਬ ਜਾਂਦੀ ਹੈ ਯਾਰ ਇਹ ਗੱਲ ਸੁਣ ਕੇ, ਵੀ ਇੰਨਾ ਧੱਕਾ ਯਾਰ, ਇੰਨਾ ਜ਼ੁਲਮ, ਐਡਾ ਕਿਹੜਾ ਭਾਨਾ ਚਿੱਟਾ ਵੇਚਦਾ ਸੀ,
ਭਾਨਾ ਕੋਈ ਗੈਂਗਸਟਰ ਸੀ, ਭਾਨਾ ਕੋਈ ਅੱਤਵਾਦੀ ਸੀ। ਹੁਣ ਛੁੱਟੀ, ਖੁੱਲੀ ਛੁੱਟੀ ਦਿੱਤੀ ਹੋਈ ਆ ਭਗਵੰਤ ਸਿੰਘ ਨੇ ਕਿ ਜਿੰਨੇ ਮਰਜ਼ੀ ਕੋਈ ਗੱਲ ਇਨਕਾਊਂਟਰ ਕਰ ਦਿਓ, ਹੋ ਵੀ ਰਹੇ ਆ ਪੰਜਾਬ ਚ। ਹੁਣ ਮੈਂ ਗੱਲ ਕਰਨੀ ਚਾਹੁੰਦਾ ਵੀ ਕੀ ਇਸ ਦੇਸ਼ ਦੀਆਂ ਜਿਹੜੀਆਂ ਕੋਰਟਾਂ ਨੇ, ਅਦਾਲਤਾਂ ਨੇ, ਕੀ ਉਹ 100 ਮੋਟੋ ਨੋਟਿਸ ਲੈਣਗੀਆਂ? ਕੀ ਜਿਹੜੇ ਕੋਈ ਮਨੁੱਖੀ ਅਧਿਕਾਰ ਕਮਿਸ਼ਨ ਬਣੇ ਨੇ, ਕੋਈ ਮਨੁੱਖੀ ਅਧਿਕਾਰਾਂ ਦਾ ਰੌਲਾ ਪਾਉਣ ਵਾਲੇ ਬੰਦੇ ਨੇ, ਐਡੀ ਦਰਿੰਦਗੀ ਹੋਈ ਆ ਉਸ ਨੌਜਵਾਨ ਦੇ ਨਾਲ ਸੀ ਏ ਸਟਾਫ ਲੁਧਿਆਣੇ ਦੇ ਵਿੱਚ, ਉਹ ਕੀ ਆਵਾਜ਼ ਬੁਲੰਦ ਕਰਨਗੇ?